ਜਿਹੜਾ ਸੂਖਮ ਸਾਡੇ ਮਨ ਨੂੰ ਦੋ ਸਰੀਰ ਦਿੱਤੇ ਆ, ਇੱਕ ਸੂਖਮ ਸਰੀਰ ਦਿੱਤਾ ਪਹਿਲਾਂ, ਫਿਰ ਆਹ ਸਰੀਰ ਦਿੱਤਾ ਚੰਮ ਦਾ। ਇਹ ਚੰਮ ਦਾ ਸਰੀਰ ਮਾਤਾ ਪਿਤਾ ਦੇ ਸਹਿਯੋਗ ਨਾਲ ਬਣਦਾ, ਅਤੇ ਸੂਖਮ ਸਰੀਰ ਪੰਜਾਂ ਤੱਤਾਂ ਤੋਂ ਬਣਦਾ। ਕਿੱਥੋਂ ਬਣਦਾ ਜੀ? ਪੰਜਾਂ ਤੱਤਾਂ। ਇਹਨਾਂ ਸੂਖਮ ਸਰੀਰ ਵਿੱਚੋਂ ਨਾਮ ਲਿਆ ਗਿਆ, ਕਿਉਂਕਿ ਨਾਮ ਵੀ ਸੂਖਮ ਹੈ। ਇਹ ਸਰੀਰ ਵਿੱਚੋਂ ਪਾਉਣ ਲਈ ਗਈ, ਪਾਉਣ ਵੀ ਸੂਖਮ ਹੈ, ਅਤੇ ਦੋਨਾਂ ਨੂੰ ਆਪਸ ਵਿੱਚ ਜੋੜ ਦਿੱਤਾ। ਉਹਨੂੰ ਕਹਿਤਾ ਵੀ ਗੰਢ ਪਾਤੀ। ਅਤੇ ਹੁਣ ਗੁਰਬਾਣੀ ਦੇ ਵਿੱਚ ਦੱਸਿਆ ਵੀ ਮਨ ਨੂੰ ਐਕਸਟਰਾ ਕਿੱਥੇ ਪਾ ਦਿੱਤਾ? ਇੱਥੇ ਤਾਂ ਦੋਨਾਂ ਸਰੀਰਾਂ ਦੀ ਗੰਢ ਆ, ਮਨ ਨੂੰ ਪਾਤਾ ਨੇਤਰਾਂ 'ਚ। ਕਿੱਥੇ ਪਾਤਾ ਜੀ? ਮਨ ਅੱਖਾਂ 'ਚ ਆ ਗਿਆ। ਜੋਤ ਸਰੂਪ ਜੋਤ ਕਿੱਥੇ ਆ? ਨੇਤਰਾਂ 'ਚ। ਇਹ ਨੇਤਰੋਂ ਮੇਰਿਓ ਹਰ ਤੁਮੇ ਜੋਤ ਤਰੀ। ਹੁਣ ਇਹਨਾਂ ਦੋਨਾਂ ਸਰੀਰਾਂ ਦੀ ਗੰਢ ਮਾਰ ਦਿੱਤੀ ਗਈ, ਮਨ ਨੂੰ ਐਕਸਟਰਾ ਪਾ ਦਿੱਤਾ ਗਿਆ ਨੇਤਰਾਂ ਦੇ ਵਿੱਚ। ਅਤੇ ਜਦੋਂ ਸਵਾਸ ਜਿੰਨੀ ਦੇਰ ਸਾਡੇ ਕੋਲ ਹੈਗੇ ਨੇ, ਉਨੀ ਦੇਰ ਸਾਰਾ ਸਾਹ ਬਾਹਰ ਨਹੀਂ ਨਿਕਲਦਾ ਆਪਣਾ, ਜਿਵੇਂ ਹੁਣ ਬੈਠੇ ਹਾਂ ਨਾ। ਥੋੜ੍ਹਾ ਜਿਹਾ ਸਾਹ ਸਾਡਾ, ਜਦੋਂ ਸਾਹ ਬਾਹਰ ਜਾਂਦਾ, ਥੋੜ੍ਹਾ ਜਿਹਾ ਸਾਹ ਧੁੰਨੀ 'ਤੇ ਰਹਿ ਜਾਂਦਾ, ਹਵਾ ਪਾਉਣ ਰਹਿ ਜਾਂਦੀ ਹੈ। ਅਤੇ ਜਦੋਂ ਸਾਹ ਅੰਦਰ ਜਾਂਦਾ, ਇਹ ਜਿਹੜੀ ਧੁੰਨੀ ਵਾਲੀ ਹਵਾ, ਇਹ ਨਵੀਂ ਹਵਾ ਨੂੰ, ਜੋ ਸਾਹ ਅੰਦਰ ਜਾਂਦਾ, ਉਹਨੂੰ ਖਿੱਚਣ ਵਿੱਚ ਮਦਦ ਕਰਦੇ, ਨਵੇਂ ਸਾਹ ਨੂੰ। ਉਹ ਜਿਹੜੀ ਧੁੰਨੀ 'ਤੇ ਸਾਹ ਰਿਹਾ ਹੁੰਦਾ, ਉਹ ਖਿੱਚ ਕੇ ਧੁੰਨੀ ਤੱਕ ਲੈ ਕੇ ਆਉਂਦਾ, ਜਿਹੜੀ ਫਿਰ ਇੱਥੇ ਰਹਿ ਜਾਂਦੀ ਥੋੜ੍ਹੀ ਜਿਹੀ, ਸਾਹ ਇੱਥੇ ਰਹਿ ਜਾਂਦਾ, ਇਹ ਫਿਰ ਅੰਦਰ ਗਏ ਸਾਹ ਨੂੰ ਬਾਹਰ ਕੱਢਣ ਦੇ ਵਿੱਚ ਇਹ ਮਦਦ ਕਰਦੀ। ਇਹ ਫਿਰ ਦੋ ਸਿਰੇ ਆ। ਇਹ ਕੀ ਹੈ ਜੀ? ਦੋ ਸਿਰੇ, ਜਿਹਨੂੰ ਆਪਾਂ ਬਾਣੀ 'ਚ ਪੜ੍ਹਦੇ ਹਾਂ, ਦੋ ਸਿਰਿਆਂ ਕਾ ਆਪ ਸੁਆਮੀ, ਖੇਲੇ ਵਿਕਸੇ ਅੰਤਰਜਾਮੀ। ਹੁਣ ਸਮਝ ਲੱਗੀ ਨਹੀਂ? ਜੇ ਅੰਦਰ ਗਿਆ ਸਾਹ, ਤਾਂ ਇੱਥੇ ਜਿਹੜੀ ਥੋੜ੍ਹੀ ਜਿਹੀ ਪਾਉਣ ਰਹਿ ਗਈ, ਉਹ ਬਾਹਰ ਕੱਢਣ 'ਚ ਸਹਾਇਤਾ ਕਰਦੀ ਹੈ। ਜੇ ਬਾਹਰ ਗਿਆ ਸਾਹ, ਤਾਂ ਜਿਹੜੇ ਨਾਭੀ 'ਤੇ ਸਾਹ ਰਹਿ ਗਿਆ, ਥੋੜ੍ਹਾ ਜਿਹਾ ਪਾਉਣ ਰਹਿ ਗਈ, ਉਹਨੂੰ ਖਿੱਚਣ ਵਿੱਚ, ਨਵੇਂ ਸਾਹ ਨੂੰ ਅੰਦਰ ਲਿਆਉਣ ਵਿੱਚ ਮਦਦ ਕਰਦੀ। ਇਸੇ ਤਰ੍ਹਾਂ ਸਾਹ ਆਈ ਜਾਂਦਾ ਅਤੇ ਜਾਈ ਜਾਂਦਾ, ਆਈ ਜਾਂਦਾ ਜਾਈ ਜਾਂਦਾ, ਆਈ ਜਾਂਦਾ। ਸਾਡਾ ਸਵਾਸਾਂ ਵੱਲ ਧਿਆਨ ਹੀ ਨਹੀਂ, ਉਹ ਆਈ ਜਾਂਦਾ ਜਾਈ ਜਾਂਦਾ। ਇੱਕ ਦਿਨ ਆਉਂਦਾ, ਇੱਕ ਦਿਨ ਐਸਾ ਆਉਂਦਾ ਕਿ ਸਵਾਸ ਗਿਣਤੀ ਦੇ ਘੱਟਦੇ 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 ਐਨ ਘੱਟ ਜਾਂਦੇ, ਐਂਡ ਵਾਲਾ ਸਵਾਸ। ਉਦੋਂ ਫਿਰ ਕੀ ਹੁੰਦਾ? ਉਦੋਂ ਜਿਹੜਾ ਸਾਹ ਨਾਭੀ 'ਤੇ ਹੁੰਦਾ, ਇਹ ਵੀ ਜਿਹੜਾ ਇੱਥੇ ਰਹਿੰਦਾ, ਸਾਰੀ ਦੀ ਸਾਰੀ ਪਾਉਣ ਬਾਹਰ, ਇੱਥੋਂ ਮਾਲਕ ਖਿੱਚ ਕੇ ਇੱਥੇ ਰੋਕ ਦਿੰਦਾ, ਆ ਡੈੱਡ ਬੋਡੀ। ਇਹ ਗੁਰਬਾਣੀ ਦੇ ਵਿੱਚ ਸਮਝਾਇਆ। ਅਤੇ ਹੁਣ ਦੇਖੋ, ਕਈ ਮਾਨਮੁੱਖ ਕਹਿੰਦੇ ਜੀ ਇਹ ਹੋ ਨਹੀਂ ਸਕਦਾ, ਸੀਸ ਕਲਮ ਹੋ ਜੇ ਧੌਣ ਨਾਲ ਲਹਿ ਜੇ, ਅਤੇ ਉਹਨੂੰ ਕੌਣ ਚੱਕ ਸਕਦਾ? ਕੋਈ ਨਹੀਂ ਚੱਕ ਸਕਦਾ। ਅਤੇ ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸੋ ਵੀ ਜਦੋਂ ਰਾਤ ਨੂੰ ਸੌਂ ਜਾਂਦੇ ਹਾਂ, ਅਤੇ ਉਹ ਕੌਣ ਆ ਜਿਹੜਾ ਸਰੀਰ ਤੋਂ ਵੱਖ ਹੋ ਜਾਂਦਾ? ਮਨ, ਮਨ ਹੀ ਹੈ ਨਾ, ਜਦੋਂ ਘਰਾੜੇ ਚੱਲਦੇ ਹੁੰਦੇ ਆ। ਜੇ ਉਹ ਸਰੀਰ ਵਿੱਚ ਨਾ ਆਵੇ ਤਾਂ ਸਰੀਰ ਚੱਲੂ? ਜਦੋਂ ਉਹ ਸੂਖਮ ਮਨ ਸਰੀਰ ਵਿੱਚ ਨੇਤਰਾਂ 'ਚ ਆਉਂਦਾ ਨਾ, ਫਿਰ ਉਹ ਇਸ਼ਾਰਾ ਕਰਦਾ ਬਾਂਹ ਨੂੰ ਵੀ ਥੋੜ੍ਹੀ ਸਪੋਰਟ ਕਰ, ਮੈਨੂੰ ਠਾ, ਸਰੀਰ ਨੂੰ ਠਾਈਏ। ਫਿਰ ਐਂ ਹੱਥ ਰੱਖਦੇ ਨਾ ਆਪਾਂ ਬਾਹੀ ਦੇ ਉੱਤੇ, ਮੰਜੇ 'ਤੇ ਜਾਂ ਬੈੱਡ 'ਤੇ ਲਾ ਲਓ, ਐਂ ਜ਼ੋਰ ਮਾਰਦੇ ਹਾਂ ਅਤੇ ਸਰੀਰ ਨੂੰ ਖੜ੍ਹਾ ਕਰ ਲੈਂਦੇ ਹਾਂ। ਫਿਰ ਪੈਰਾਂ ਨੂੰ ਕਹਿੰਦਾ ਚਲੋ ਅੱਗੇ ਲਾਂਘ ਪੱਟੋ, ਉਹ ਸਟੈਪ ਬਾਏ ਸਟੈਪ। ਇਹ ਕਰਮ ਇੰਦਰੀਆਂ ਨੇ, ਇਹ ਕੀ ਹੈ ਜੀ? ਕਰਿੰਦੇ ਨੇ।
ਇਹ ਗਿਆਨ ਇੰਦਰੀਆਂ ਦੁਆਰਾ ਫਿਰ ਇਸ਼ਾਰਾ ਕਰਦਾ ਵੀ ਇੱਧਰ ਨੂੰ ਜਾਣਾ, ਇੱਧਰ ਨੂੰ ਜਾਣਾ, ਠੀਕ ਹੈ ਨਾ ਜੀ। ਇਹ ਮਨ ਅਤੇ ਕਿਸੇ ਦਾ ਭਾਰ ਜਿੰਨਾ ਮਰਜ਼ੀ ਵੱਧ ਜੇ ਤਾਂ ਚਲਾਉਂਦਾ ਕੌਣ ਆ? ਕਈ ਹੁਣ ਡੇਢ ਡੇਢ ਕੁਇੰਟਲ ਦੇ ਬੰਦੇ ਹੋ ਜਾਂਦੇ, ਦੋ ਦੋ ਕੁਇੰਟਲ ਦੇ ਹੋ ਜਾਂਦੇ, ਤਾਂ ਉਹਨਾਂ ਨੂੰ ਵੀ ਕੌਣ ਚਲਾਉਂਦਾ? ਸੂਖਮ। ਕੌਣ ਚਲਾਉਂਦਾ ਜੀ? ਸੂਖਮ। ਸੂਖਮ ਕੌਣ ਆ? ਮਨ। ਅਤੇ ਮਾਲਕ ਵੀ ਸੂਖਮ, ਅਤੇ ਮਾਲਕ ਬਾਰੇ ਵੀ ਦੱਸਿਆ, ਹਰ ਜੀ ਸੂਖਮ ਅਗਮ ਹੈ ਕਿਤ ਵਿਦ ਮਿਲਿਆ ਜਾਏ। ਅਤੇ ਮਨ ਸੂਖਮ ਆਪਣੇ ਮੂਲ ਨੂੰ, ਸੂਖਮ ਨੂੰ, ਆਪਣੇ ਪਿਤਾ ਨੂੰ, ਸੂਖਮ ਨੂੰ ਮਿਲ ਲੈਂਦਾ ਅਤੇ ਉਹਦਾ ਦੇਹ ਦੇ ਵਿੱਚ ਆਉਣਾ ਜਾਣਾ ਬਣ ਜਾਂਦਾ। ਗੁਰਮੁਖ ਆਵੇ ਜਾਵੇ ਨਿਸ਼ੰਗ, ਨਿਸ਼ੰਗ ਵੀ ਜਦੋਂ ਮਰਜ਼ੀ ਚਲਾ ਜਾਵੇ। ਅਤੇ ਅਸਲ ਜੀਵਨ ਸਾਡਾ ਉਦਣ ਗਿਣਿਆ ਜਾਏਗਾ ਜਿੱਦਣ ਅਸੀਂ ਮਾਲਕ ਨੂੰ ਦੇਖਾਂਗੇ। ਅਸਲ ਜੀਵਨ ਸਾਡਾ ਕਿੱਦਣ ਸ਼ੁਰੂ ਹੋਏਗਾ ਜੀ? ਜਿੱਦਣ ਅਸੀਂ ਆਪਣੇ ਮੂਲ ਨੂੰ ਦੇਖ ਲਿਆ ਉਦਣ। ਮਹਾਰਾਜ ਨੇ ਬਾਣੀ 'ਚ ਲਿਖਿਆ, ਕਹਿੰਦੇ ਜੀਵਨ ਤੋਂ ਗਣੀਏ ਜਾਂ ਹਰ ਪੇਖਾਂ। ਜਦੋਂ ਕਹਿੰਦੇ ਹਰੀ ਨੂੰ ਵੇਖ ਲਿਆ, ਪੇਖਣ ਦਾ ਮਤਲਬ ਹੁੰਦਾ ਵੀ ਜਦੋਂ ਅਸੀਂ ਦੋਨੇ ਨੇਤਰਾਂ ਨੂੰ ਇੱਕ ਕਰਕੇ ਦੇਖਦੇ ਹਾਂ ਉਦੋਂ ਹੀ, ਜੇ ਦ੍ਰਿਸ਼ਮਣ ਅੱਖਾਂ ਨਾਲ ਦੇਖਦੇ ਹਾਂ ਤਾਂ ਦੇਖਦੇ ਨਹੀਂ, ਗੱਲ ਤਾਂ ਸੇਮ ਹੀ ਆ। ਹੁਣ ਹੋਰ ਵੀ ਕਲੀਅਰ ਕਰਤਾ ਮਹਾਰਾਜ ਨੇ, ਕਹਿੰਦੇ ਜੇ 100 ਵਰ੍ਹਿਆਂ ਅੱਗੇ ਨਾ ਸਾਲ ਨੂੰ ਵਰ੍ਹਾ ਕਹਿੰਦੇ ਸੀ, ਇੱਕ ਵਰ੍ਹਾ ਲੰਘ ਗਿਆ, 2 ਵਰ੍ਹੇ ਲੰਘ ਗਏ, ਕਹਿੰਦੇ ਜੇ 100 ਵਰ੍ਹਿਆਂ ਜੀਵਨ ਖਾਣ ਖਸਮ ਪਛਾਣੇ ਸੋ ਦਿਨ ਪ੍ਰਵਾਨ। ਕਹਿੰਦੇ ਉਹ ਦਿਨ ਪ੍ਰਵਾਨ ਤੁਹਾਡਾ ਇੱਥੇ ਸੰਸਾਰ 'ਤੇ ਆਇਆ ਸਮਝਿਆ ਜਾਏਗਾ ਜਿੱਦਣ ਤੁਸੀਂ ਖਸਮ ਨੂੰ ਪਛਾਣ ਲਿਆ। ਅਤੇ ਆਪਣੇ ਸਾਰਿਆਂ ਦਾ ਖਸਮ ਕੌਣ ਆ? ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ ਸੋ ਜਨ ਪਾਏ। ਆਪਣੇ ਸਾਰਿਆਂ ਦਾ ਖਸਮ ਮਾਲਕ ਇੱਕੋ ਹੀ ਆ, ਉਹ ਆ ਨਿਰੰਕਾਰ ਰੱਬ, ਜਿਹਨੂੰ ਅਸੀਂ ਗੁਰੂ ਦੇ ਰਾਹੀਂ ਬੁੱਝਣਾ ਹੈ। ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਕਿੰਨਾ ਕਲੀਅਰ ਸਪਸ਼ਟ ਕੀਤਾ, ਕਹਿੰਦੇ ਵੀ ਜੇ ਤੁਸੀਂ ਉਹਨੂੰ ਬੁੱਝਣਾ ਚਾਹੁੰਦੇ ਹੋ ਤਾਂ ਵੀ ਗੁਰੂ ਦੇ ਰਾਹੀਂ ਬੁੱਝਿਆ ਜਾ ਸਕਦਾ ਹੈ, ਮਿਲਿਆ ਜਾ ਸਕਦਾ ਹੈ। ਇੱਕ ਗੁਰੂ ਹੈ ਸਾਡੇ ਮਨ ਦਾ, ਇੱਕ ਗੁਰੂ ਹੈ ਸਾਡੇ ਮਨ ਦਾ, ਉਹ ਕੌਣ ਆ? ਉਹ ਹੈ ਸ਼ਬਦ ਗੁਰੂ। ਕਿਹੜਾ ਜੀ? ਸ਼ਬਦ। ਸ਼ਬਦ ਕਿਹੜਾ? ਅਨਹਦ। ਸ਼ਬਦ ਕਿਹੜਾ ਜੀ? ਅਨਹਦ ਸ਼ਬਦ। ਉਹ ਅੱਗੇ ਅੱਗੇ ਜਾਏਗਾ, ਮਨ ਸੁਰਤੀ ਪਿੱਛੇ ਪਿੱਛੇ ਜਾਏਗੀ। ਸ਼ਬਦ ਗੁਰੂ ਸੁਰਤ ਧੁਨ ਚੇਲਾ, ਸੁਰਤੀ ਨੇ ਮਗਰ ਚੇਲਾ ਬਣ ਕੇ ਜਾਣਾ। ਉਹ ਸਾਊਂਡ ਚੱਲਦੀ ਹੈ, ਉਹ ਸਹਿਜ ਸੁਭਾਅ ਚੱਲ ਰਹੀ ਹੈ, ਸਾਰਿਆਂ ਦੇ ਅੰਦਰ ਚੱਲ ਰਹੀ ਹੈ, ਸਾਰਿਆਂ ਦੇ ਬਾਹਰ ਚੱਲ ਰਹੀ ਹੈ। ਲੇਕਿਨ ਜਿਨ੍ਹਾਂ ਨੇ ਪਛਾਣ ਕਰ ਲਈ, ਉਹਨਾਂ ਨੇ ਜੇ ਅਗਰ ਉਹਨੂੰ ਸੁਣ ਰਹੇ ਨੇ ਤਾਂ ਸਮਝ ਲਓ ਉਹ ਆਪਦੇ ਗੁਰੂ ਦੀ ਸੇਵਾ ਕਰ ਰਿਹਾ। ਮਨ ਆਪਦੇ ਗੁਰੂ ਦੀ ਸੇਵਾ ਕਰਦਾ, ਕਿਵੇਂ? ਸੁਣ ਸੁਣ ਕੇ। ਅਤੇ ਜਿੱਦਣ ਸਾਡੇ ਮਨ ਨੇ ਇਹਨਾਂ ਨੇਤਰਾਂ ਦੇ ਵਿੱਚੋਂ ਇੱਕਜੁੱਟ ਹੋ ਕੇ ਮਾਲਕ ਨੂੰ ਪਛਾਣ ਲਿਆ ਅਤੇ ਮਾਲਕ ਨੂੰ ਪਿਆਰ ਨਾਲ ਦੇਖਣਾ ਸ਼ੁਰੂ ਕਰ ਦਿੱਤਾ, ਤਾਂ ਸਮਝ ਲਓ ਫਿਰ ਮਨ ਮਾਲਕ ਦੀ ਸੇਵਾ ਕਰ ਰਿਹਾ ਹੈ, ਆਪਣੇ ਮੂਲ ਦੀ ਸੇਵਾ ਕਰ ਰਿਹਾ, ਦੇਖ ਦੇਖ ਕੇ। ਕਿਵੇਂ ਕਰ ਰਿਹਾ ਜੀ? ਦੇਖ ਦੇਖ ਕੇ। ਜਿਵੇਂ ਹੁਣ ਆਪਾਂ ਨੂੰ ਆਪਣਾ ਦ੍ਰਿਸ਼ਮਾਨ ਮਾਤਾ ਪਿਤਾ ਹੁੰਦੇ ਨੇ, ਆਪਾਂ ਦੇਖ ਕੇ ਉਹਨਾਂ ਦੀ ਸੇਵਾ ਕਰਦੇ ਹਾਂ, ਜਾਂਦੇ ਹਾਂ ਅਤੇ ਉਹਨਾਂ ਦਾ ਸਰੀਰ ਲੱਤਾਂ ਸਿਰ ਘੁੱਟਦੇ ਹਾਂ, ਨੱਪਦੇ ਹਾਂ ਨਾ ਜੇ ਉਹਨਾਂ ਨੂੰ ਲੋੜ ਹੁੰਦੀ ਹੈ। ਅਤੇ ਇਸੇ ਤਰ੍ਹਾਂ ਇੱਧਰ ਫਿਰ ਮਨ ਸੂਖਮ, ਮਾਲਕ ਸੂਖਮ, ਮਨ ਸੂਖਮ ਫਿਰ ਮਾਲਕ ਸੂਖਮ ਦੀ ਸੇਵਾ ਕਰਦਾ, ਦੇਖ ਕੇ ਉਹ ਫੀਲ ਲੈਂਦਾ, ਦੇਖ ਕੇ ਉਹ ਫੀਲਿੰਗ ਲੈਂਦਾ ਵੀ ਮੈਂ ਹੁਣ ਤੁਹਾਡੀ ਸੇਵਾ ਕਰ ਰਿਹਾ ਜੀ। ਠੀਕ ਹੈ ਜੀ। ਇੰਨਾ ਪਿਆਰ ਪਾਈਏ ਆਪਾਂ ਮਾਲਕ ਦੇ ਨਾਲ
ਉਹਨੂੰ ਸਿਰਫ ਚੇਤਾ ਰੱਖਣਾ। ਕੀ ਰੱਖਣਾ ਜੀ? ਚੇਤਾ ਹੀ ਨਹੀਂ ਨਾ ਰਹਿੰਦਾ, ਭੁੱਲ ਜਾਂਦੇ ਹਾਂ, ਹੈ ਨਾ ਜੀ। ਕਿੰਨਾ ਚੇਤਾ ਰੱਖਣਾ? ਖਾਣਾ ਖਾਣ ਲੱਗਿਆਂ ਤਾਂ, ਇਦੋਂ ਨੇੜੇ ਕਰ ਦਈਏ ਤੁਹਾਨੂੰ, ਬੁਰਕੀ ਤੋੜਨ ਲੱਗਿਆਂ ਤਾਂ, ਬੁਰਕੀ ਮੂੰਹ 'ਚ ਪਾਉਣ ਲੱਗਿਆਂ ਤਾਂ, ਲਿਖਣ ਲੱਗੇ ਹੋ ਤੁਸੀਂ ਪੈੱਨ ਚੱਕਿਆ ਤਾਂ, ਹਾਂਜੀ, ਅਤੇ ਜੇ ਤੁਸੀਂ ਲਿਖ ਵੀ ਰਹੇ ਹੋ ਤਾਂ ਫਿਰ ਤੁਹਾਡਾ ਪਿਆਰ ਵਧੂਗਾ, ਫਿਰ ਤੁਹਾਨੂੰ ਹੋਰ ਨਹੀਂ ਸੁੱਝੇਗਾ ਕੁਛ, ਫਿਰ ਮਾਲਕ ਹੀ ਸੁੱਝੇਗਾ। ਕਿਹਨੇ ਜੀ? ਅਤੇ ਹੁਣ ਜਿਨ੍ਹਾਂ ਨੇ ਦੇਖਿਆ ਉਹੀ ਦੇਖਣਗੇ ਨਾ, ਖਾਣਾ ਖਾਣ ਲੱਗੇ, ਬੁਰਕੀ ਤੋੜਨ ਲੱਗੇ, ਗਲਾਸ ਚੱਕਣ ਲੱਗੇ। ਕਿਸੇ ਦੇ ਵੀ ਆਪਾਂ ਘਰੇ ਜਾਂਦੇ ਹਾਂ, ਅਗਲੇ ਨੇ ਆਪਾਂ ਨੂੰ ਪਹਿਲਾਂ ਜਲ ਛਕਾਇਆ, ਉਦੋਂ ਵੀ ਤੁਸੀਂ ਚੱਕਣ ਲੱਗਿਆਂ ਨੇ ਦੇਖਣਾ। ਕਿਹਨੂੰ ਦੇਖਣਾ? ਮਾਲਕ ਨੂੰ ਦੇਖਣਾ। ਉਹ ਕਿਹੜੀ ਜਗ੍ਹਾ ਜਿੱਥੇ ਮਾਲਕ ਨਹੀਂ ਹੈ? ਹਰ ਜਗ੍ਹਾ ਮਾਲਕ ਹੈ। ਤੂੰ ਕਰਤਾ ਪੁਰਖ ਅਗੰਮ ਹੈ, ਰਮਿਆ ਸਭ ਥਾਈ, ਕਹੋ ਕਬੀਰ ਮੇਰੇ ਮਾਧਵਾ, ਤੂੰ ਸਰਬ ਵਿਆਪੀ। ਵੀ ਤੂੰ ਤਾਂ ਹਰ ਜਗ੍ਹਾ 'ਤੇ ਮੌਜੂਦ ਆ, ਅਤੇ ਜਿਹੜਾ ਹਰ ਜਗ੍ਹਾ 'ਤੇ ਮੌਜੂਦ ਆ, ਜੇ ਕੋਈ ਸਾਨੂੰ ਇੱਕ ਵਾਰੀ ਉਹ ਵਿਖਾ ਦੇਵੇ, ਇੱਕ ਵਾਰੀ ਕੋਈ ਵਿਖਾ ਦੇਵੇ, ਫਿਰ ਤਾਂ ਗਾਂਹ ਮਿਹਨਤ ਕਰ ਲਉਂਗੇ ਜੀ। ਪਹਿਲਾਂ ਤਾਂ ਆਪਾਂ ਕਹਿੰਦੇ ਹੁੰਦੇ ਹਾਂ ਜੀ, ਇੱਕ ਵਾਰੀ ਕੋਈ ਦਿਖਾ ਦੇਵੇ, ਮੁੜ ਕੇ ਹੁੰਦੀ ਨਹੀਂ, ਚੇਤਾ ਭੁੱਲ ਜਾਂਦਾ। ਅਤੇ ਫਿਰ ਮਹਾਰਾਜ ਨੇ ਗੁਰਬਾਣੀ ਦੇ ਵਿੱਚ ਕੀ ਲਿਖਿਆ? ਮਹਾਰਾਜ ਦੀ ਬਾਣੀ ਵਿੱਚ ਕਹਿੰਦੇ, ਸਗਲ ਭਵਨ ਕੇ ਨਾਇਕਾ, ਇੱਕ ਛਿੰਨ ਦਰਸ਼ ਦਿਖਾਏ। ਵੀ ਇੱਕ ਛਿੰਨ, ਇੱਕ ਵਾਰੀ ਝਲਕ ਦਿਖਾ ਜਾ। ਕੀ ਦਿਖਾ ਦੇ? ਝਲਕ ਹੀ ਦਿਖਾ ਦੇ। ਕਈਆਂ ਨੂੰ ਝਲਕ ਦਿਖਦੀ ਹੈ ਨਾ, ਜਦੋਂ ਇੱਥੋਂ ਪ੍ਰਕਾਸ਼ ਦਿਖਦਾ ਹੈ ਨਾ, ਉਹ ਝਲਕ ਦਿਖਾਉਂਦਾ, ਅਤੇ ਫਿਰ ਯਕੀਨ ਨਹੀਂ ਆਉਂਦਾ ਫਿਰ, ਕਿਉਂਕਿ ਉਹਦਾ ਕੋਈ ਰੂਪ ਰੰਗ ਨਹੀਂ, ਛੇਤੀ ਯਕੀਨ ਨਹੀਂ ਆਉਂਦਾ। ਇੱਥੇ ਫਿਰ ਕਹਾਣੀ ਫਿਰ ਵਿਗੜ ਜਾਂਦੀ ਹੈ। ਅਤੇ ਕਮ ਸੇ ਕਮ ਗੁਰਬਾਣੀ ਗੁਰੂ ਦੇ ਮੁਤਾਬਕ, ਜਾਂ ਉਹਨਾਂ ਦੇ ਮੁਤਾਬਕ ਕੋਈ ਕਥ ਕਹਾਣੀ ਕਰਦਾ, ਉਹਦੇ ਮੁਤਾਬਕ ਯਕੀਨ ਤਾਂ ਕਰ ਲਓ ਨਾ। ਕਹਿੰਦੇ ਵੀ ਬਾਣੀ ਨਾਲ ਮਿਲਾ ਕੇ ਤਾਂ ਦੇਖ ਲਓ, ਵੀ ਜੇ ਮੈਂ ਹੁਣ ਦੁਨੀਆ ਤੋਂ ਹਟ ਕੇ, ਰੂਪ ਰੰਗਾਂ ਤੋਂ ਹਟ ਕੇ ਕੋਈ ਅਲੱਗ ਚੀਜ਼ ਦੇਖੀ ਹੈ ਜਿਹੜੀ ਮੈਂ ਪਹਿਲਾਂ ਕਦੀ ਨਹੀਂ ਦੇਖੀ, ਅਤੇ ਹੁਣ ਦੇਖ ਰਿਹਾ ਵਾਂ, ਅਤੇ ਦੇਖ ਵੀ ਮੈਂ ਰਿਹਾ ਵਾਂ ਵੀ ਉਹਦਾ ਕੋਈ ਰੂਪ ਰੰਗ ਨਹੀਂ ਹੈ, ਫਿਰ ਤਾਂ ਯਕੀਨ ਕਰ ਲਓ। ਕੀ ਖਿਆਲ ਆ ਜੀ? ਜੇ ਫਿਰ ਵੀ ਯਕੀਨ ਨਹੀਂ ਕਰਾਂਗੇ ਤਾਂ ਫਿਰ ਵਾਹਿਗੁਰੂ, ਫਿਰ ਗੁਰੂ ਦੇ ਵੱਸ ਨਹੀਂ ਕੁਛ, ਫਿਰ ਗੁਰੂ ਤਾਂ ਗੁਰੂ ਨੂੰ ਨਹੀਂ ਕਹਿ ਸਕਦੇ, ਉਹਨੇ ਤਾਂ ਕੋਈ ਕਮੀ ਨਹੀਂ ਛੱਡੀ। ਉਹ ਤਾਂ ਕਹਿੰਦਾ ਜੀ, ਆਹ ਦੇਖੋ ਭਾਈ, ਹੁਣ ਪਿਆਰ ਪਾਉਣਾ ਤੁਹਾਡੇ ਵੱਸ ਆ ਜੀ, ਕਿੰਨਾ ਕੁ ਪਾਉਂਦੇ ਹੋ, ਕਿੰਨਾ ਕੁ ਉਹਨੂੰ ਹਰ ਵਕਤ ਨਾਲ ਸਮਝਦੇ ਹੋ, ਹਾਂਜੀ। ਮਾਰੀ ਗੱਡੀ ਦੀ ਟਾਕੀ ਦਿਓ ਗਏ ਤਾਂ ਕਦੀ ਯਾਦ ਕੀਤਾ ਬੈਠਣ ਲੱਗਿਆ, ਹਾਂਜੀ। ਉਦੋਂ ਵੀ ਭੁੱਲ ਜਾਂਦੇ ਹਾਂ, ਖਾਣਾ ਖਾਣ ਲੱਗੇ ਵੀ ਭੁੱਲਦੇ ਹਾਂ, ਹਾਂਜੀ, ਹਰ ਕੰਮ ਵੇਲੇ ਮਾਲਕ ਨੂੰ ਭੁੱਲ ਜਾਂਦੇ ਹਾਂ। ਅਤੇ ਚਲੋ ਭੁੱਲਣ ਭੁੱਲਣ ਆਪਾਂ ਭੁੱਲ ਗਏ, ਬਾਅਦ 'ਚ ਜਦੋਂ ਚੇਤਾ ਆ ਗਿਆ ਉਦੋਂ ਹੀ ਕਰ ਲਓ, ਫਿਰ ਆਪੇ ਫਿਰ ਹੌਲੀ ਹੌਲੀ ਆਪੇ ਹੀ ਫਿਰ ਉਹ ਸਮੇਂ ਮੁਤਾਬਕ ਯਾਦ ਆ ਜਾ ਕਰੂਗੀ। ਹੁਣ ਜਿਵੇਂ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਕਈ ਵਾਰੀ ਜਲਦੀ ਹੁੰਦੀ ਆਪਾਂ ਨੂੰ ਜਾਣਾ ਹੁੰਦਾ ਹੈ ਨਾ, ਆਪਾਂ ਬਟੂਆ ਨਹੀਂ ਭੁੱਲ ਜਾਂਦੇ, ਕਈ ਵਾਰ ਅੱਜ ਕੱਲ੍ਹ ਮੋਬਾਈਲ ਭੁੱਲ ਜਾਂਦੇ ਕਈ ਲੋਕ ਹੈ ਨਾ। ਅਤੇ ਇਸੇ ਤਰ੍ਹਾਂ ਹੁਣ ਆਪਾਂ ਜਦੋਂ ਵੀ ਭੋਜਨ ਛਕਦੇ ਹਾਂ ਤਾਂ ਮਾਲਕ ਨੂੰ ਯਾਦ ਕਰਦੇ ਹਾਂ ਪਹਿਲਾਂ, ਅਤੇ ਕਈ ਵਾਰੀ ਚੇਤਾ ਭੁੱਲ ਜਾਂਦੇ, ਬੁਰਕੀ ਤੋੜ ਕੇ ਮੂੰਹ 'ਚ ਪਾ ਲੈਂਦੇ ਹਾਂ, ਜਦੋਂ ਤੋੜ ਕੇ ਬੁਰਕੀ ਮੂੰਹ 'ਚ ਪਾਈ ਉਦੋਂ ਫਿਰ ਨਾਲ ਹੀ ਕਹਿਣਾ, ਮਹਾਰਾਜ ਤੇਰੇ ਬੱਚੇ ਭੁੱਲ ਗਏ, ਮਹਾਰਾਜ
ਗਾਂ ਤੋਂ ਕਿਰਪਾ ਰੱਖਿਓ, ਭੁੱਲਣ ਨਾ ਦਿਓ। ਚਲੋ ਆਓ ਛਕੀਏ ਫਿਰ, ਹਾਂਜੀ। ਇਸ ਤਰ੍ਹਾਂ ਪਿਆਰ ਪਾਉਣਾ ਉਹਨਾਂ ਨਾਲ, ਫਿਰ ਬਹੁਤ ਪਿਆਰ ਕਰਦਾ, ਹਾਂਜੀ। ਅਤੇ ਬਸ ਉਹਨੂੰ ਸਾਡੇ ਤੋਂ ਕੁਛ ਨਹੀਂ ਚਾਹੀਦਾ। ਕੀ ਚਾਹੀਦਾ? ਪਿਆਰ। ਕੀ ਚਾਹੀਦਾ? ਪਿਆਰ ਮੰਗਦਾ। ਆਪਾਂ ਨੂੰ ਨਹੀਂ ਸੀ ਪਤਾ ਵੀ ਕੀ ਮੰਗਦਾ, ਲੇਕਿਨ ਗੁਰੂ ਮਹਾਰਾਜ ਦੱਸ ਗਏ ਕੀ ਮੰਗਦਾ। ਦਸਵੇਂ ਪਾਤਸ਼ਾਹ ਕੀ ਕਹਿ ਗਏ? ਕਹਿੰਦੇ ਸਾਚ ਕਹੂੰ ਸੁਣ ਲਿਓ ਸਭ, ਜਿਹਨ ਪ੍ਰੇਮ ਕੀਓ। ਉਹ ਪਿਆਰ ਮੰਗਦਾ, ਸਾਡੇ ਤੋਂ ਪ੍ਰੇਮ ਮੰਗਦਾ। ਉਹ ਕਿਵੇਂ ਕਰਨਾ ਪਿਆਰ ਪ੍ਰੇਮ, ਹਾਂਜੀ? ਉਹ ਸਾਰੀਆਂ ਹੁਣ ਤੁਹਾਡੇ, ਤੁਸੀਂ ਕੋਸ਼ਿਸ਼ ਕਰੋ ਵੀ ਕਿਵੇਂ ਕਰਨਾ। ਉਹ ਸੂਖਮ ਆ ਜੀ, ਨਾਲ ਮੈਂ ਵੀ ਦੱਸ ਦਿਆਂ, ਸੂਖਮ ਨੂੰ ਤੁਸੀਂ ਪ੍ਰੇਮ ਪਿਆਰ ਕਿਵੇਂ ਕਰੋਗੇ, ਠੀਕ ਹੈ ਜੀ? ਅਤੇ ਪਿਆਰ ਕਰੋ। ਮਹਾਰਾਜ ਕਹਿੰਦੇ ਹਰ ਭਗਤ ਹਰ ਕਾ ਪਿਆਰ ਹੈ, ਹਰ ਭਗਤ ਹਰ ਕਾ ਪਿਆਰ ਹੈ ਜੇ ਗੁਰਮੁਖ ਕਰੇ ਵਿਚਾਰ। ਕਹਿੰਦੇ ਜੇ ਗੁਰਮੁਖ ਵਿਚਾਰ ਕਰਨ ਤਾਂ ਮਾਲਕ ਦੀ ਭਗਤੀ ਤਾਂ ਪਿਆਰ ਹੀ ਹੈ। ਅਤੇ ਜੇ ਮਾਲਕ ਦੀ ਭਗਤੀ ਪਿਆਰ ਆ, ਤਾਂ ਹੀ ਮਹਾਰਾਜ ਨੇ ਬਾਣੀ 'ਚ ਲਿਖਿਆ ਜੋ ਤੋ ਪ੍ਰੇਮ ਖੇਲਣ ਕਾ ਚਾਓ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੁਰੀ ਆਓ, ਇਤ ਮਾਰਗ ਪੈਰ ਤਰੀਜੇ ਸਿਰ ਦੀਜੇ ਕਾਨ ਨਾ ਕੀਜੇ। ਸਿਰ ਧਰ ਤਲੀ ਗਲੀ ਮੁਰੀ ਆਓ, ਸਿਰ ਧਰ ਕੇ ਕਹਿੰਦੇ ਆਓ, ਪਹਿਲਾਂ ਮਰਨ ਕਬੂਲ ਕਰਕੇ ਆਓ। ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ, ਤੋ ਆਓ ਹਮਾਰੇ ਪਾਸ। ਮਹਾਰਾਜ ਕਹਿੰਦੇ ਜੇ ਫਿਰ ਮਿਲਣ ਦੀ ਇੱਛਾ ਨਾ, ਫਿਰ ਆ ਜਾਓ ਇੱਧਰ ਸ਼ਰਨ ਵਿੱਚ, ਅਤੇ ਕਮ ਸੇ ਕਮ ਇਹਨਾਂ ਦੀ ਗੱਲ ਤਾਂ ਮੰਨ ਲਈਏ। ਕਿੰਨਾ ਦੀ ਗੱਲ ਮੰਨਣੀ ਹੈ? ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚ 36 ਗੁਰਮੁਖ ਬੈਠੇ, ਮੰਨ ਲਓ। ਸਾਰੇ ਇੱਕੋ ਹੀ ਗੱਲ ਕਰ ਰਹੇ ਆ, ਇਹਨਾਂ ਦੀ ਮੰਨ ਲਓ, ਮੰਨ ਕੇ ਪ੍ਰੈਕਟੀਕਲ ਕਰ ਲਓ। ਕੋਈ ਦੂਰ ਨਹੀਂ ਹੈ ਮਾਲਕ ਤੁਹਾਡੇ ਤੋਂ, ਸਭ ਤੋਂ ਨੇੜੇ ਮਾਲਕ ਆ। ਜਿਹਨੂੰ ਤੁਸੀਂ ਕੋਹਾਂ ਦੂਰ ਸਮਝੋ ਨਾ, ਖਾਲੀ ਪਹਾੜਾਂ 'ਚੋਂ ਜੰਗਲਾਂ 'ਚੋਂ ਰੱਬ ਆਏਗਾ ਚੱਲ ਕੇ, ਨਹੀਂ ਨਹੀਂ, ਉਹ ਤੁਹਾਡੇ ਸਾਹਮਣੇ ਆ, ਤੁਹਾਡੇ ਸਾਹਮਣੇ। ਜੇ ਤੁਸੀਂ ਉਹਨੂੰ ਬੁੱਝਣਾ ਚਾਹੁੰਦੇ, ਲੱਭਣਾ ਚਾਹੁੰਦੇ ਹੋ, ਮੈਂ ਸ਼ਬਦ ਮੈਂ ਪੜ੍ਹਦਾ, ਟਰਾਈ ਤੁਸੀਂ ਕਰ ਲਿਓ। ਸਾਹ ਆ ਰਿਹਾ ਜੀ ਸਾਰਿਆਂ ਨੂੰ? ਆ ਰਿਹਾ? ਲੱਭੋ ਸਾਹ ਕਿੱਥੋਂ ਆ ਰਿਹਾ। ਜੇ ਤੁਸੀਂ ਇੰਨਾ ਸਮਝ ਗਏ ਨਾ, ਸਾਹ ਇੱਥੋਂ ਆ ਰਿਹਾ, ਸਮਝ ਲਓ ਉੱਥੇ ਮਾਲਕ ਆ। ਕਿਉਂ? ਕਿਉਂਕਿ ਮਹਾਰਾਜ ਸਾਹ ਆਪ ਦੇ ਰਿਹਾ, ਆਪੇ ਕਰਤਾ ਕਰ ਕਰ ਵਿਖੈ, ਦਿੰਦਾ ਸਾਸ ਗ੍ਰਾਹਾ ਹੈ, ਸਾਨੂੰ ਸਵਾਸਾਂ ਦੀ ਬੁਰਕੀ ਦੇ ਰਿਹਾ, ਲੱਭੋ ਸਾਹ ਕਿੱਥੋਂ ਆ ਰਿਹਾ। ਜੇ ਤੁਸੀਂ ਇੰਨਾ ਲੱਭ ਲਿਆ ਵੀ ਸਾਹ ਇੱਥੋਂ ਆ ਰਿਹਾ, ਤਾਂ ਮਾਲਕ ਉੱਥੇ ਖੜ ਕਰੋ ਦਰਸ਼ਨ। ਅਤੇ ਜੇ ਇੰਨਾ ਨਹੀਂ ਬੁੱਝ ਸਕਦੇ ਵੀ ਸਾਹ ਕਿੱਥੋਂ ਆ ਰਿਹਾ, ਫਿਰ ਇੰਨਾ ਤਾਂ ਟਰਾਈ ਕਰੋ ਵੀ ਸਾਹ ਅੰਦਰ ਜਾ ਕੇ ਬਾਹਰ ਕਿੱਥੇ ਜਾ ਰਿਹਾ, ਆ ਗਿਆ ਸਾਹ ਐਂ ਬਾਹਰ, ਆਵਾਜ਼ ਆ ਰਹੀ ਨਾ ਬਾਹਰ ਨੂੰ ਜਾਣ ਦੀ ਆਵਾਜ਼ ਆਈ, ਹੈ ਨਾ? ਕਿੱਥੇ ਜਾ ਰਿਹਾ? ਜਿੱਧਰ ਨੂੰ ਉਹ ਜਾ ਰਿਹਾ ਉੱਥੇ ਧਿਆਨ ਲਾ ਲਓ, ਉੱਥੇ ਮਨ ਦਾ ਆਸਣ ਲਾ ਲਓ। ਕੀ ਲਾਓ ਜੀ? ਉੱਥੇ ਮਨ ਨੂੰ ਬਹਾ ਦਿਓ ਅਤੇ ਤੁਹਾਨੂੰ ਦਰਸ਼ਨ ਹੋ ਜਾਣਗੇ। ਉੱਥੇ ਮਨ ਦਾ, ਜਿਵੇਂ ਤਨ ਦਾ ਆਸਣ ਨਹੀਂ ਲਾਇਆ, ਚੌਂਕੜੀ ਮਾਰ ਕੇ ਬੈਠੇ ਆਪਾਂ ਸਾਰੇ, ਤੁਸੀਂ ਸਾਰੇ, ਇਸੇ ਤਰ੍ਹਾਂ ਸਾਡੇ ਮਨ ਨੇ ਆਸਣ ਲਾ ਕੇ ਬੈਠਣਾ। ਅਤੇ ਉਹ ਕਿੱਥੇ ਲਾਉਣਾ ਆਸਣ? ਜਿੱਥੇ ਮਹਾਰਾਜ ਨੇ ਦੱਸਿਆ ਆਪਾਂ ਨੂੰ, ਸੋ ਦਰ ਕਿਹਾ ਸੋ ਕਰ ਕਿਹਾ ਜਿੱਤ ਬੈ ਸਭ ਸੰਭਾਲੇ,
ਨਿਸ਼ਾਨੀ ਦੱਸਤੀ ਉੱਥੇ, ਕਹਿੰਦੇ ਵਾਜੇ ਨਾਦ ਅਨੇਕ ਸੰਖਾਂ ਕੀਤੇ ਬਾਬ ਨਾਲ, ਕਹਿੰਦੇ ਉੱਥੇ ਅਨਹਦ ਨਾਦ ਵੱਜਦੇ ਨੇ ਅਸੰਖਾਂ ਦੀ ਗਿਣਤੀ ਵਿੱਚ। ਕਹਿੰਦੇ ਇਹ ਦਰ ਆ, ਇਹ ਘਰ ਆ ਮਾਲਕ ਦਾ, ਲੱਭੋ ਕਿੱਥੇ ਆ। ਹੋਰ ਸੌਖਾ ਦੱਸਤਾ, ਕਹਿੰਦੇ ਅਨ ਬੜਿਆ ਮੰਦਲ ਵਾਜੇ, ਬਿਨ ਸਾਵਣ ਕਨ ਹਰ ਗਾਜੇ, ਬਾਦਲ ਬਿਨ ਵਰਖਾ ਹੋਏ। ਲੱਭੋ ਕਿੱਥੇ ਬਿਨਾਂ ਤਬਲੇ ਤੋਂ ਤਬਲਾ ਵੱਜਦਾ, ਲੱਭੋ ਕਿੱਥੇ ਬਿਨਾਂ ਬੱਦਲ ਤੋਂ ਬੱਦਲ ਗੱਜਦਾ, ਲੱਭੋ ਕਿੱਥੇ ਬਿਨਾਂ ਬੱਦਲਾਂ ਤੋਂ ਵਰਖਾ ਹੋ ਰਹੀ ਹੈ। ਜੇ ਨਹੀਂ ਲੱਭ ਸਕਦੇ ਕਿਸੇ ਨਾਲ ਡਿਸਕਸ ਤਾਂ ਕਰ ਸਕਦੇ ਹਾਂ, ਕੀ ਪਤਾ ਕੋਈ ਇਸ ਤਰ੍ਹਾਂ ਦਾ ਮਿਲ ਹੀ ਜਾਏ। ਹਰ ਇੱਕ ਨੂੰ ਪੁੱਛੋ ਵੀ ਹਾਂਜੀ ਸਾਹ ਕਿੱਥੋਂ ਆ ਰਿਹਾ ਜੀ, ਦੱਸੋ। ਹਾਂਜੀ ਪੁੱਛੋ ਜੀ ਉਹ ਬਿਨਾਂ ਤਬਲੇ ਤੋਂ ਤਬਲਾ ਕਿੱਥੇ ਵੱਜ ਰਿਹਾ। ਹਾਂਜੀ ਅਤੇ ਸ਼ਾਇਦ ਪੁੱਛਦਿਆਂ ਪੁੱਛਦਿਆਂ ਕੋਈ ਇਹੋ ਜਿਹਾ ਮਿਲ ਜਾਏ ਜਿਹੜਾ ਤੁਹਾਨੂੰ ਸੈਟਿਸਫਾਈ ਕਰ ਦੇਵੇ। ਨਾਲੇ ਹੁਣ ਤਾਂ ਗੁਰਮੁਖ ਬਹੁਤ ਨੇ, ਕਿਰਪਾ ਮਾਲਕ ਦੀ। ਇਸੇ ਤਰ੍ਹਾਂ ਗੁਰਮੁਖ ਪਿਆਰਿਓ, ਇਹ ਹੈ ਪ੍ਰੈਕਟੀਕਲ। ਇਹ ਕੀ ਹੈ ਜੀ? ਪ੍ਰੈਕਟੀਕਲ। ਤੁਹਾਨੂੰ ਪ੍ਰੈਕਟੀਕਲ 'ਚ ਉਤਰਨਾ ਪਏਗਾ, ਪ੍ਰੈਕਟੀਕਲ ਤੋਂ ਬਿਨਾਂ ਗੱਲ ਨਹੀਂ। ਬਾਬਾ ਦੀਪ ਸਿੰਘ ਜੀ ਦਾ ਪ੍ਰੈਕਟੀਕਲ ਸੀ, ਬਾਬਾ ਦੀਪ ਸਿੰਘ ਜੀ ਦਾ ਕੀ ਸੀ ਜੀ? ਪ੍ਰੈਕਟੀਕਲ ਸੀ। ਅਤੇ ਮੈਦਾਨੇ ਜੰਗ ਦੇ ਵਿੱਚ ਆਪਦੀ ਏਜ ਕਿੰਨੀ ਸੀ ਅਤੇ ਨੌਜਵਾਨਾਂ ਨੂੰ ਵੰਗਾਰਦੇ ਪਏ ਨੇ, ਆਓ ਕਿਹੜਾ ਲੈਨ ਟੱਪੇਗਾ, ਜਿਹਨੂੰ ਘਰ ਦਾ ਪਿਆਰ ਆ ਵਾਪਸ ਮੁੜ ਜਾਓ, ਅਤੇ ਜਿਹਨਾਂ ਨੇ ਤਲੀ 'ਤੇ ਤਰਨੀ ਅੱਗੇ ਆ ਜਾਓ। ਅਤੇ ਹੁਣ ਜਿਹਨਾਂ ਦਾ ਮਨ ਤ੍ਰੈਗੁਣਾਂ ਦੇ ਵਿੱਚ ਸੀ, ਮਾਇਆ ਵਿੱਚ ਸੀ, ਉਹ ਮੁੜ ਗਏ, ਅਤੇ ਜਿਹਨਾਂ ਦਾ ਮਨ ਤ੍ਰੈਗੁਣਾਂ ਤੋਂ ਮਾਇਆ ਤੋਂ ਉੱਪਰ ਉੱਠਿਆ ਸੀ ਉਹਨਾਂ ਨੇ ਛਾਲਾਂ ਮਾਰੀਆਂ ਅੰਦਰ ਆ ਗਏ। ਕਹਿੰਦੇ ਜੀ ਦੱਸੋ ਕੀ ਕਰਨਾ, ਸਮਝ ਗਏ ਕਿ ਨਹੀਂ? ਤ੍ਰੈ ਗੁਣ ਮਾਇਆ, ਇਹਦੇ ਤੋਂ ਉੱਪਰ ਉੱਠਣਾ। ਅਤੇ ਉੱਠਣ ਵਾਸਤੇ ਸਾਨੂੰ ਕੀ ਕਰਨਾ ਪਏਗਾ? ਗੁਰਮੰਤਰ ਦ੍ਰਿੜ ਕਰਨਾ ਪਏਗਾ, ਇੱਕ ਵਾਰ ਨਹੀਂ ਵਾਰ ਵਾਰ ਕਰਨਾ ਪਏਗਾ। ਦਮ 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 ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ, ਕੋਈ ਦਮ ਬਿਰਥਾ ਨਾ ਚਲਾ ਜਾਏ, ਕੋਈ ਸਾਹ ਬਿਨਾਂ ਮੋਹਰ ਤੋਂ ਨਾ ਚਲਾ ਜਾਏ। ਨਾਮ ਦੀ ਸਟੈਂਪ ਲੱਗੇ, ਵਾਹ ਗੁਰੂ ਵਾਹ ਗੁਰੂ। ਆਓ ਗੁਰਮੁਖ ਪਿਆਰਿਓ, ਮਾਲਕ ਕਿਰਪਾ ਕਰਨ, ਆਪਾਂ ਵੀ ਬੇਨਤੀ ਕਰੀਏ ਮਾਲਕ ਦੇ ਚਰਨਾਂ ਸੱਚੇ ਪਾਤਸ਼ਾਹ, ਸਾਡਾ ਵੀ ਕੋਈ ਸਾਹ ਬਿਰਥਾ ਨਾ ਜਾਏ। ਸਾਨੂੰ ਪਤਾ ਲੱਗ ਗਿਆ ਕਿ ਜਦੋਂ ਸਰੀਰ ਛੱਡਣਾ ਹੈ, ਦਰ 'ਤੇ ਜਾਣਾ ਮਾਲਕ ਕੋਲ, ਜਿੱਥੇ ਜਾ ਕੇ ਸਾਡਾ ਹਿਸਾਬ ਕਿਤਾਬ ਦਾ ਰਿਕਾਰਡ ਰੱਖਿਆ ਜਾਣਾ ਹੈ। ਹਾਂਜੀ ਨਾਨਕ ਬਦਰਾ ਮਾਲਕਾ ਭੀਤਰ ਧਰਿਆ, ਆਨ ਖੋਟੇ ਖਰੇ ਪਰਖੀਆਂ ਸਾਹਿਬ ਕੇ ਦੀਵਾਨ। ਕਹਿੰਦੇ ਜਿੱਥੇ ਖੋਟੇ ਅਤੇ ਖਰਿਆਂ ਦੀ ਪਰਖ ਹੋਣੀ ਹੈ। ਕੀ ਹੈ ਖੋਟੇ ਖਰੇ? ਸਵਾਸ, ਖੋਟੇ ਖਰੇ ਸਵਾਸ। ਕਿਹੜਾ ਖੋਟਾ ਸਵਾਸ? ਜਿਹਦੇ 'ਤੇ ਵਾਹ ਗੁਰੂ ਅੱਲਾਹੂ ਹਰ ਹਰੇ ਅਤੇ ਮੋਹਰ ਨਹੀਂ ਲੱਗੀ, ਉਹ ਖੋਟਾ। ਜਿਹਦੇ 'ਤੇ ਵਾਹ ਗੁਰੂ ਨਾਲ ਬੋਲਿਆ ਅਤੇ ਸੁਣਿਆ, ਉਹ ਖਰਾ। ਇਹ ਕੌਣ ਰੱਖਦਾ? ਇਹ ਧਰਮ ਰਾਏ ਰਿਕਾਰਡ ਜਾ ਕੇ ਮਾਲਕ ਦੇ ਕੋਲ ਰੱਖਦਾ, ਸਾਰੀਆਂ ਪੰਡਾਂ ਸਾਰੀਆਂ ਉੱਥੇ ਰੱਖਦਾ। ਫਿਰ ਖੋਟੇ ਖਰਿਆਂ ਦੀ ਪਰਖ ਹੁੰਦੀ ਹੈ ਵੀ ਖਰੇ ਅਤੇ ਖੋਟੇ ਵੱਖ ਵੱਖ ਕਰ ਲਓ, ਖਰਿਆਂ ਨੂੰ ਵੱਖ ਕਰ ਲਓ, ਖੋਟਿਆਂ ਨੂੰ ਵੱਖ ਕਰ ਲਓ। ਨਾਨਕ ਬਦਰਾ ਮਾਲਕਾ ਭੀਤਰ ਧਰਿਆ, ਆਨ ਖੋਟੇ ਖਰੇ ਪਰਖੀਨ ਸਾਹਿਬ ਕੇ ਦੀਵਾਨ। ਆਪਾਂ ਵੀ ਇੰਨੇ ਸਵਾਸ ਜਮ੍ਹਾਂ ਕਰਾਈਏ, ਸਾਡੇ ਸਵਾਸ ਜਿਹੜੇ ਨੇ ਉਹ ਖਰੇ ਖਰੇ ਜਮ੍ਹਾਂ ਹੋਣ, ਸਾਡੇ ਸਵਾਸ
ਕੋਈ ਵੀ ਸਵਾਸ ਬਿਰਥਾ ਨਾ ਜਾਏ। ਆਓ ਗੁਰਮੁਖ ਪਿਆਰੇ, ਆਪ ਜੀ ਵਿਧੀ ਸਮਝੇ ਹੋਏ ਹੋ, ਫਿਰ ਵੀ ਕੁਛ ਗੁਰਮੁਖ ਨਵੇਂ ਨੇ, ਮੈਂ ਵਿਧੀ ਸਮਝਾ ਦਿਆਂ। ਰਾਮ ਰਾਮ ਕਰਤਾ ਸਭ ਜੱਗ ਫਿਰੇ, ਰਾਮ ਨਾ ਪਾਇਆ ਜਾਏ। ਵਾਹਿਗੁਰੂ ਵਾਹਿਗੁਰੂ, ਰਾਮ ਰਾਮ, ਅੱਲਾ ਅੱਲਾ ਸਾਰੀ ਦੁਨੀਆ ਕਰਦੀ, ਪਰ ਉਹ ਕਿਉਂ ਨਹੀਂ ਮਿਲ ਰਿਹਾ? ਕਿਉਂ ਨਹੀਂ ਮਿਲਦਾ? ਕਿਉਂਕਿ ਬਾਬਾ ਕਬੀਰ ਜੀ ਨੇ ਕਲੀਅਰ ਕਰ ਦਿੱਤਾ, ਕਹਿੰਦੇ ਕਬੀਰ ਰਾਮ ਕਹਿਣ ਮੇਂ ਭੇਦ ਹੈ। ਉਹ ਭੇਦ ਕੀ ਹੈ? ਸਾਹ ਅੰਦਰ ਜਾਂਦਾ ਅਤੇ ਬਾਹਰ ਜਾਂਦਾ। ਜਦੋਂ ਸਵਾਸ ਅੰਦਰ ਜਾਂਦਾ ਉਹਨੂੰ ਸਵਾਸ ਕਹਿੰਦੇ ਨੇ, ਜਦੋਂ ਸਵਾਸ ਬਾਹਰ ਜਾਂਦਾ ਉਹਨੂੰ ਗ੍ਰਾਸ ਕਹਿੰਦੇ ਨੇ। ਅਤੇ ਸਵਾਸ ਗ੍ਰਾਸ ਸਿਮਰਨ ਕਰਨਾ ਧੁਨ ਵਿੱਚ ਧਿਆਨ ਲਾ ਕੇ। ਪਲਕਾਂ ਇੱਥੇ ਬੰਦ ਕੀਤੀਆਂ, ਅੱਖਾਂ ਇੱਥੇ ਬੰਦ ਕੀਤੀਆਂ, ਅੱਖਾਂ ਨੂੰ ਘੁੱਟਣਾ ਨਹੀਂ, ਅੱਖਾਂ ਨੂੰ ਤਾਂ ਨੂੰ ਨਹੀਂ ਕਰਨਾ, ਜਿਵੇਂ ਸੌਣ ਲੱਗੇ ਅੱਖਾਂ ਬੰਦ ਕਰਦੇ ਐਂ ਬੰਦ ਕਰਨੀਆਂ। ਇਹ ਦੋ ਨੇ, ਇੱਧਰ ਅਤੇ ਇੱਧਰ, ਦੋ ਕੋਏ ਨੇ। ਇੱਥੋਂ ਤੁਸੀਂ ਆ ਨੱਕ ਦੀ ਨੋਕ 'ਤੇ ਪਹਿਲਾਂ ਆਓ, ਇੱਕ ਵਾਰੀ ਅੱਖਾਂ ਬੰਦ ਕਰਕੇ ਇੱਥੇ ਮਹਿਸੂਸ ਕਰੋ, ਫਿਰ ਇਸ ਤੋਂ ਅੱਗੇ ਦੇਖੋ ਹਨੇਰਾ, ਆ ਸਪੇਸ ਨੂੰ, ਅੱਗੇ ਨੂੰ, ਗਾਂਹ ਨੂੰ। ਇੱਥੇ ਦੇਖਦਿਆਂ ਹੋਇਆਂ ਸਪੇਸ ਨੂੰ ਕਹਿਣਾ ਵਾਹ ਗੁਰੂ ਵਾਹ, ਬੋਲੀ ਜਾਣਾ, ਆਪੋ ਆਪਣਾ ਸੁਣੀ ਜਾਣਾ, ਆਪਦਾ ਵਾਹੇ ਬੋਲਣਾ ਆਪਦੀ ਰਸਨਾ ਨਾਲ, ਅਤੇ ਆਪਦੇ ਕੰਨਾਂ ਨੂੰ ਸੁਣਾਉਣਾ, ਠੀਕ ਹੈ ਨਹੀਂ? ਦੂਸਰਿਆਂ ਦਾ ਬੋਲਿਆ ਤੁਹਾਨੂੰ ਸੁਣੇਗਾ, ਉਹ ਸੁਣੀ ਜਾਵੇ, ਪਰ ਤੁਸੀਂ ਆਪਦਾ ਸੁਣਨਾ ਬੋਲ ਕੇ, ਅਤੇ ਅੱਖਾਂ ਨਹੀਂ ਖੋਲਣੀਆਂ। ਹਾਂਜੀ, ਸਾਰੇ ਜਾਣੇ ਨੇਤਰ ਬੰਦ ਕਰਕੇ ਕਰੋ ਸ਼ੁਰੂ ਜੀ। ਵਾਹ ਗੁਰੂ, ਵਾਹ ਗੁਰੂ।